ਸੰਗਰੂਰ ਦੇ ਡੀਸੀ ਕੰਪਲੈਕਸ ਦੇ ਬਾਹਰ ਫਰੀਡਮ ਫਾਈਟਰਾਂ ਨੇ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ। ਸੰਗਰੂਰ ਦੇ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਬਾਹਰ ਇਕੱਠਾ ਹੋਏ ਜੈ ਪੰਜਾਬ ਦੇ ਫਰੀਡਮ ਫਾਈਟਰ ਜੋ ਪਹਿਲਾਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਦੇ ਸੁਨਾਮ ਦੇ ਵਿੱਚ ਭੁੱਖ ਹੜਤਾਲ ਕਰ ਚੁੱਕੇ ਨੇ, ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਹੈ, ਜਿਸ ਵਿੱਚ ਬਜ਼ੁਰਗ ਔਰਤਾਂ ਵੀ ਸ਼ਾਮਲ ਸਨ। ਅਤੇ ਇਸ ਮੌਕੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਦਾ ਖੁਲਾਸਾ ਕੀਤਾ ਕਿ ਜਦ ਤੱਕ ਪੰਜਾਬ ਦੀ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ, ਉਹ ਆਪਣਾ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ। ਉਹਨਾਂ ਦਾ ਕਹਿਣਾ ਸੀ ਕਿ 72 ਸਾਲਾਂ ਤੋਂ ਆਪਣੇ ਹੱਕ ਦੇ ਲਈ ਸਰਕਾਰ ਦੇ ਨਾਲ ਲੜਾਈ ਕਰ ਰਹੇ ਨੇ, ਪਰ ਸਰਕਾਰ ਉਹਨਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ। ਦੱਸਣਯੋਗ ਹੈ ਕਿ ਇਹਨਾਂ ਦੀ ਮੰਗ ਦੇ ਵਿੱਚ ਪੈਨਸ਼ਨ ਮਿਲਣਾ, ਬੱਚਿਆਂ ਨੂੰ ਫ੍ਰੀ ਸਿੱਖਿਆ ਅਤੇ ਤੀਸਰਾ ਬਿਜਲੀ ਦੇ ਬਿੱਲ ਮਾਫ਼ ਕਰਨ ਦੀ ਮੰਗ ਰੱਖੀ ਗਈ ਹੈ ਅਤੇ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀਆਂ ਇਹ ਮੰਗਾਂ ਜਲਦ ਪੂਰੀਆਂ ਕਰ ਦਿੱਤੀਆਂ ਜਾਣ। ਹਰਿੰਦਰਪਾਲ ਸਿੰਘ ਖਾਲਸਾ, ਸਟੇਟ ਪ੍ਰੈਜ਼ੀਡੈਂਟ ਫਰੀਡਮ ਫਾਈਟਰ ਜਥੇਬੰਦੀ ਪੰਜਾਬ। ਸਾਡੇ 72 ਸਾਲ ਸਾਡੇ ਦੇਸ਼ ਨੂੰ ਆਜ਼ਾਦ ਹੋਇਆ, ਸਮੇਂ ਦੀਆਂ ਸਰਕਾਰਾਂ ਨੇ ਫਰੀਡਮ ਫਾਈਟਰ ਪਰਿਵਾਰਾਂ ਵਾਸਤੇ ਬੜੇ ਲੁਭਾਉਣੇ ਐਲਾਨ ਕੀਤੇ ਨੇ, ਪਰ ਅੱਜ 72 ਸਾਲਾਂ 'ਚ ਇੱਕ ਵੀ ਐਲਾਨ ਸਾਡਾ ਲਾਗੂ ਨਹੀਂ ਹੋਇਆ ਅੱਜ ਤੱਕ। ਪਿੱਛੇ ਅਸੀਂ ਭੁੱਖ ਹੜਤਾਲ ਰੱਖੀ ਸੀ, 31 ਤਾਰੀਖ ਨੂੰ ਆਪਣਾ ਊਧਮ ਸਿੰਘ ਦੇ ਬੁੱਤ 'ਤੇ ਵਾਅਦਾ ਕੀਤਾ ਸੀ ਵੀ ਜਲਦੀ ਅਸੀਂ ਤੁਹਾਡੀ ਮੰਗ ਮੰਨ ਲਵਾਂਗੇ। ਸਰਕਾਰ ਨੇ ਐਲਾਨ ਕੀਤਾ ਹੈ ਬਿਜਲੀ ਮਾਫ਼ੀ, ਟੋਲ ਪਲਾਜ਼ਾ ਮਾਫ਼, ਬੱਸ ਪਾਸ ਮਾਫ਼, ਟਿਊਬਵੈਲ ਕਨੈਕਸ਼ਨ ਪਹਿਲੇ ਆਧਾਰ 'ਤੇ ਦੇਣ ਵਾਸਤੇ, ਮਕਾਨ ਦੇਣ ਵਾਸਤੇ, ਪਰ ਅੱਜ ਤੱਕ 3 ਸਾਲ ਹੋ ਗਏ ਸਰਕਾਰ ਬਣੀ ਨੂੰ, ਇੱਕ ਵੀ ਮੰਗ ਇਹਨਾਂ ਨੇ ਪੂਰੀ ਨਹੀਂ ਕੀਤੀ। 25 ਅਗਸਤ ਨੂੰ ਸਾਨੂੰ ਵਾਅਦਾ ਕੀਤਾ ਸੀ ਵੀ ਹਫ਼ਤੇ 10 ਦਿਨਾਂ ਦੇ ਵਿੱਚ ਅਸੀਂ ਤੁਹਾਡੇ ਨੋਟੀਫਿਕੇਸ਼ਨ ਜਾਰੀ ਕਰ ਦਿਆਂਗੇ, ਲੇਕਿਨ ਅੱਜ ਤੱਕ ਜਾਰੀ ਨਹੀਂ ਹੋਏ। ਸਾਡਾ ਅੱਜ ਦਾ ਜਿਹੜਾ ਧਰਨਾ ਸੀਗਾ, ਭੁੱਖ ਹੜਤਾਲ ਸ਼ੁਰੂ ਕਰਨੀ ਸੀ ਅਸੀਂ, ਕਿਉਂਕਿ ਚੋਣ ਜ਼ਾਬਤਾ ਲਾਗੂ ਹੋ ਗਿਆ। ਸਾਡੇ ਜਥੇਬੰਦੀ ਨੇ ਫੈਸਲਾ ਇੱਕੋ ਹੀ ਕੀਤਾ ਹੈਗਾ ਵੀ ਜਿੱਥੇ ਜਿੱਥੇ 4 ਹਲਕਿਆਂ ਸਾਡੇ ਪੰਜਾਬ 'ਚ ਚੋਣ ਹੋਣੀ ਹੈਗੀ, ਅਸੀਂ ਉਹਨਾਂ ਜਿਮਨੀ ਚੋਣਾਂ 'ਚ ਜਾ ਕੇ ਅਸੀਂ ਆਪਣੇ ਪ੍ਰੋਟੈਸਟ ਕਰਾਂਗੇ, ਦੱਸਾਂਗੇ ਲੋਕਾਂ ਨੂੰ ਵੀ ਦੇਸ਼ ਭਗਤਾਂ ਦੇ ਨਾਤੇ ਇਹਨਾਂ ਨੇ ਸਿਆਸਤ ਤੱਕ ਚਿੰਨ ਕਿ ਰਿਆਸਤ ਤੱਕ ਐਲਾਨ ਨਹੀਂ ਕੀਤਾ। ਇਹ ਲਾਰੇ ਲਾਉਣ ਵਾਲੀਆਂ ਸਰਕਾਰਾਂ ਨੇ, ਚਾਹੇ ਅਕਾਲੀ ਹੈ, ਚਾਹੇ BJP ਹੈ, ਚਾਹੇ ਕਾਂਗਰਸ ਹੈ, ਇਹਨਾਂ ਨੇ ਲਾਰੇ ਲਾਏ ਨੇ, ਉਹ ਅਸੀਂ ਆਪਦਾ ਪ੍ਰੋਟੈਸਟ ਕਰਾਂਗੇ। 16 ਤਾਰੀਖ ਨੂੰ ਅਸੀਂ ਮੂਲਾਪੁਰ ਤਾਕਾਂ ਸਾਡੀ ਪੰਜਾਬ ਪੱਧਰੀ ਰੈਲੀ ਹੋਏਗੀ, ਜਿੱਥੇ ਅਸੀਂ ਇਹਨਾਂ ਦੀ ਸਾਰੀ ਆਪਦੀ ਜਿਹੜਾ ਗੁੱਸਾ ਹੈ ਜਾਂ ਭੜਾਸ ਹੈ ਅਸੀਂ ਕੱਢਾਂਗੇ ਜ਼ਰੂਰ, ਕਿਉਂਕਿ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਅਸੀਂ ਮੰਗਿਆ ਕੁਛ ਨਹੀਂ, ਜੇ ਐਲਾਨ ਕੀਤਾ ਤੁਹਾਡਾ ਉਹ ਤਾਂ ਲਾਗੂ ਕਰ ਦਿਓ। ਇਹ ਜੀ ਸਾਡਾ ਰੋਸ ਧਰਨਾ ਲਗਾਤਾਰ ਹੜਤਾਲ ਸੀਗੀ, ਸਾਡੀ ਭੁੱਖ ਹੜਤਾਲ ਲਗਾਤਾਰ ਚੱਲਣੀ ਸੀ, ਪਰ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਅਸੀਂ ਇਸ ਨੂੰ ਵਿਦਡਰਾ ਕਰ ਰਹੇ ਕੁਛ ਸਮੇਂ ਲਈ, ਪਰ ਸਾਡੀਆਂ ਸਰਕਾਰ ਨੇ ਮੰਗਾਂ ਦਾ ਵਿਸ਼ਵਾਸ ਲਿਆ ਸੀ 25 ਤਰੀਕ ਤੱਕ ਵੀ ਅਸੀਂ ਮੰਨ ਲਵਾਂਗੇ, ਪਰ ਉਹ ਪ੍ਰਵਾਨ ਨਹੀਂ ਹੋਈਆਂ, ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ, ਇਸ ਕਰਕੇ ਦੁਬਾਰੇ ਅਸੀਂ ਇਹ ਮਤਲਬ ਧਰਨਾ ਸ਼ੁਰੂ ਕੀਤਾ ਸੀ। ਅਗਰ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀ, 24 ਤਰੀਕ ਤੋਂ ਬਾਅਦ ਅਸੀਂ ਜਿੱਥੇ ਵੀ ਸਾਡਾ ਮਨ ਫੈਸਲਾ ਹੋਇਆ ਜਥੇਬੰਦੀ ਦਾ, ਅਸੀਂ ਰੋ ਪੱਕਾ ਧਰਨਾ ਦੇਵਾਂਗੇ, ਉਹਨਾਂ ਚਿਰ ਚੱਕਣਾ ਵੀ ਨਹੀਂ ਜਿੰਨਾ ਚਿਰ ਸਾਡਾ ਫੈਸਲਾ। ਸੰਗਰੂਰ ਤੋਂ ਹਰਸ਼ ਕੌਸ਼ਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV NRI।